ਸਰਕਾਰੀ ਕੰਮ ਕਰਦੇ ਨੇ ਅਸੀਂ ਨਵਾਂ ਜਵਾਨਾਂ ਦੀ ਪੰਜਾਬ ਦੇ ਵਿੱਚ ਐਗਜ਼ਾਮਪਲ ਲੈ ਸਕਦੇ ਹਾਂ ਇਸ ਤਰ੍ਹਾਂ ਦੇ ਅਦਾਰਿਆਂ ਦੇ ਉੱਤੇ ਕੇਸ ਕਿਸਮ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਰੈਸਟ੍ਰਿਕਸ਼ਨ ਹੁੰਦੀਆਂ ਕਿਉਂਕਿ ਉਹ ਐਜ਼ ਅ ਐਕਟਿਵਿਸਟ ਜਰਨਲਿਸਟ ਕੌਣ ਸੀ ਪੋਲਿਟਿਕਸ ਪਕੜੀ ਹੈ ਔਰ ਅੱਜ ਦਾ ਪੋਲਿਟਿਕਲ ਜੋ ਗਤਿਰੋਧ ਜੋ ਪੈਦਾ ਹੋਇਆ ਹੈ ਜੋ ਮਤਲਬ ਇੱਕ ਕਿਸਮ ਦਾ ਜੋ ਬਲੋਕੇਡ ਪੈਦਾ ਹੋ ਗਿਆ ਹੈ ਕਿ ਲੈਫਟ ਦੇ ਲੋਕ ਪ੍ਰੋਗਰੈਸਿਵ ਲੋਕ ਆਗੇ ਨਹੀਂ ਵੱਧ ਪਾ ਰਹੇ ਲੋਕ ਪੰਜਾਬੀ ਪਾਠਕਾਂ ਵਿੱਚ ਲੈ ਕੇ ਗਏ ਹਨ ਅਦਾਰਾ ਇਸ ਮਾਨਵਤੀ ਸ਼ਖਸੀਅਤ ਨੂੰ ਸਨਮਾਨਿਤ ਕਰਦਾ ਹੋਇਆ ਖੁਦ ਸਨਮਾਨ ਮਹਿਸੂਸ ਕਰਦਾ ਹੈ ਥੋੜ੍ਹੀ ਜਿਹੀ ਮੈਂ ਜੀ ਇੱਧਰ ਅੱਜ ਲੁਧਿਆਣੇ ਮੈਂ ਕੈਰਵਨ ਦਾ ਪੋਲੀਟੀਕਲ ਐਡੀਟਰ ਹੈਗਾ ਅੱਜ ਇੱਧਰ ਲੁਧਿਆਣੇ ਆਇਆ ਹੈਗਾ ਸੂਹੀ ਸਵੇਰ ਦਾ ਐਨੂਅਲ ਫੰਕਸ਼ਨ ਹੈਗਾ ਜਿਹੜਾ ਉਹਦੇ 'ਤੇ ਸੂਹੀ ਸਵੇਰ ਇੱਕ ਇੰਡੀਪੈਂਡੈਂਟ ਵੈਬਸਾਈਟ ਹੈਗੀ ਹੈ ਇੰਡੀਪੈਂਡੈਂਟ ਦਾਇਰੇ ਹੈਗੇ ਲੋਕ ਅਤੇ ਇਹਨਾਂ ਨਾਲ ਅਸੀਂ ਜੁੜਨਾ ਚਾਹੁੰਦੇ ਹੈਗੇ ਹਾਂ ਅਸੀਂ ਕੈਰਵਨ 'ਚ ਪਿਛਲੇ 6 ਮਹੀਨੇ 3-4 ਮਹੀਨੇ ਲੋਇਆ ਕੇਸ ਨੂੰ ਲੈ ਕੇ ਲੱਗੇ ਹੋਏ ਹੈਗੇ ਅਤੇ ਦੇਸ਼ ਦੇ ਹਰ ਪਾਸੇ ਜਿੱਥੇ ਇੰਡੀਪੈਂਡੈਂਟ ਜਰਨਲਿਜ਼ਮ ਚੱਲ ਰਹੀ ਹੈਗੀ ਹੈ ਜਿਹੜੀ ਸਰਕਾਰ ਨਾਲ ਨਹੀਂ ਹੈਗੀ ਹੈ ਕਾਰਪੋਰੇਟਸ ਨਾਲ ਨਹੀਂ ਜੁੜੀ ਹੋਈ ਹੈ ਅਸੀਂ ਉਹਨੂੰ ਇਨਕਰੇਜ ਕਰਨਾ ਚਾਹੁੰਦੇ ਹੈਗੇ ਕਿਉਂਕਿ ਜਰਨਲਿਜ਼ਮ ਉਦੋਂ ਹੀ ਸਰਵਾਈਵ ਕਰ ਸਕਦੀ ਹੈ ਜਿੱਥੇ ਇੰਡੀਪੈਂਡੈਂਸ ਹੋਏ ਜਿੱਥੇ ਇੱਕ ਪਾਠਕਾਂ ਨਾਲ ਡਾਇਰੈਕਟ ਰਿਲੇਸ਼ਨਸ਼ਿਪ ਹੋਏ ਅਤੇ ਇਹ ਸਾਰੀ ਚੀਜ਼ਾਂ ਜ਼ਰੂਰੀਆਂ ਨੇ ਅਤੇ ਜਿੱਥੇ ਇਹ ਪਨਪ ਰਹੀਆਂ ਹੈਗੀਆਂ ਨੇ ਅਸੀਂ ਉਹਨੂੰ ਇਨਕਰੇਜ ਕਰਨ 'ਚ ਲੱਗੇ ਹੋਏ ਹੈ ਥੈਂਕ ਯੂ ਮੈਸੇਜ ਦੇ ਮੈਂ ਇੰਨਾ ਕਹਿ ਸਕਦਾ ਹੈਗਾ ਕਿ ਜਰਨਲਿਜ਼ਮ 'ਚ ਜਿਹੜਾ ਬੰਦਾ ਨਵਾਂ ਆਉਂਦਾ ਹੈਗਾ ਹੈ ਕਿ ਪ੍ਰੋਬਲਮਸ ਬਹੁਤ ਹੈਗੀਆਂ ਨੇ ਮੀਡੀਆ ਦੀ ਹਾਲਾਤ ਮਾੜੇ ਹੈਗੇ ਹੈ ਪਰ ਜਿੱਥੇ ਜਿੱਥੇ ਥਾਂ ਲੱਭਦੀ ਹੈਗੀ ਜਿੱਥੇ ਥੋੜ੍ਹੇ ਬਹੁਤੇ ਰਿਸਕ ਤੁਸੀਂ ਲੈ ਸਕਦੇ ਹੋ ਉਹ ਰਿਸਕ ਲਓ ਆਸ ਪਾਸ ਸਮਾਜ 'ਚ ਪੋਲੀਟਿਕਸ ਜਿਹੜੇ ਸਵਾਲ ਪੁੱਛਣੇ ਜ਼ਰੂਰੀ ਹੈਗੇ ਉਹ ਸਵਾਲ ਪੁੱਛੋ ਅਤੇ ਜਿੱਥੇ ਪੁੱਛਣ ਤੋਂ ਤੁਹਾਨੂੰ ਰੋਕਦੇ ਹੈਗੇ ਉੱਥੇ ਤੁਸੀਂ ਨਵੀਂ ਨੌਕਰੀ ਲੱਭੋ ਹੋਰ ਕੋਈ ਚਾਰਾ ਨਹੀਂ ਹੈ ਇਸਦੇ ਚੱਲੋ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਮੀਡੀਆ ਦੀ ਜੋ ਪੂਰੀ ਮੁਲਕ ਦੇ ਵਿੱਚ ਸੂਰਤ ਹਾਲ ਹੈ ਇੱਕ ਲੋਕਧਾਰਾ ਦਾ ਮੀਡੀਆ ਦਾ ਕੋਨਸੈਪਟ ਲੋਕਧਾਰਾ ਦੀ ਮੀਡੀਆ ਦੀ ਕਿਉਂ ਲੋੜ ਹੈ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਉਹਦੇ ਵਿੱਚ ਇੱਕ ਲੋਕ ਪੱਖ ਦੀ ਸਪੇਸ ਖਤਮ ਹੋ ਰਹੀ ਹੈ ਸਾਨੂੰ ਲੱਗ ਰਿਹਾ ਕਿ ਲਗਾਤਾਰ 2-3 ਸਾਲ ਤੋਂ ਮਾਹੌਲ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਕਿ ਭਾਰਤ ਦੇ ਨਾਮਵਰ ਪੱਤਰਕਾਰ ਪੀ ਸਾਈਨਾਥ ਦਾ ਕਹਿਣਾ ਕਿ ਜੇਕਰ ਹਵਾ ਇਹੀ ਰਹੀ ਤਾਂ ਕੁਝ ਸਾਲਾਂ ਦੇ ਵਿੱਚ ਸਾਡਾ ਪਿਤਾ ਸਾਡਾ ਮਾਈ ਬਾਪ ਅੰਬਾਨੀ ਹੋਏਗਾ ਇਹ ਕਿਸੇ ਪੱਤਰਕਾਰ ਦੀ ਬਹੁਤ ਵੱਡੀ ਸਟੇਟਮੈਂਟ ਆ ਜਿਹੜੇ ਇੱਕ ਨਾਮਵਰ ਅਗਾਂਹ ਵਧੂ ਕਹਾਉਣ ਵਾਲੇ ਅਖਬਾਰ ਦੇ ਵਿੱਚ ਐਡੀਟਰ ਸਨ ਖੇਤੀਬਾੜੀ ਐਡੀਟਰ ਸਨ ਖੇਤੀਬਾੜੀ ਕਵਰ ਕਰਦੇ ਸਨ ਲੇਕਿਨ ਅੱਜ ਕੱਲ੍ਹ ਉਹ ਭਾਰੀ ਮੀਡੀਆ ਨੈਟਵਰਕ ਚਲਾ ਰਹੇ ਆ ਸੋ ਇਸ ਚੀਜ਼ ਨੂੰ ਦੇਖਦੇ ਹੋਏ ਸੂਹੀ ਸਵੇਰ ਮੀਡੀਆ ਵੀ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਮੁਤਵਾਦਨ ਸਿਆਸਤ ਨੂੰ ਕਵਰ ਕਰੇ ਜਿਹੜਾ ਕਿ ਦੂਜਾ ਵੱਡਾ ਮੀਡੀਆ ਇਹਨੂੰ ਜਿਹੜਾ ਕਵਰ ਨਹੀਂ ਕਰਦਾ ਸੋ ਉਸ ਲੋਕ ਪੱਖ ਦੀ ਸਪੇਸ ਨੂੰ ਜਿਹੜਾ ਹੈਗਾ ਬਚਾਈ ਰੱਖਣ ਦੀ ਸਾਡੀ ਜੱਦੋਜਹਿਦ ਹੈ ਇਸ ਲਈ ਜਿਹੜਾ 6 ਸਾਲ ਹੋ ਚੁੱਕੇ ਨੇ ਸੂਹੀ ਸਵੇਰ ਨੂੰ 6-7ਵੀਂ ਦੀ ਜਿਹੜੀ ਵਰੇਗੰਢ ਸੀ ਇਸ ਮੌਕੇ ਭਾਰਤ ਦੇ ਨਾਮਵਰ ਪੱਤਰਕਾਰ ਹਰਤੋਸ਼ ਸਿੰਘ ਬਾਲ ਆਏ ਸਨ ਪੰਕਜ ਸ਼੍ਰੀਵਾਸਤਵ ਮੀਡੀਆ ਵਿਜਲ ਦੇ ਪੱਤਰਕਾਰ ਆਏ ਸਨ ਉਹਨਾਂ ਨੇ ਮਤਲਬ ਮੀਡੀਆ ਦੇ ਵਿੱਚ ਜੋ ਭਾਰਤ ਦੀ ਸੂਰਤ ਹਾਲ ਹੈ ਉਹਦੇ ਬਾਰੇ ਵਿਚਾਰਾਂ ਕੀਤੀਆਂ ਸਾਡਾ ਇਹ ਪ੍ਰੋਮਿਸ ਹੈ ਕਿ ਲਗਾਤਾਰ ਅਸੀਂ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਚਰਚਾ ਇੱਕ ਜਿਹੜੀ ਡਿਬੇਟ ਹੈ ਸੰਵਾਦ ਦਾ ਮਾਹੌਲ ਹੈ ਉਹਨੂੰ ਬਣਾਈ ਰੱਖਣ ਦੀ ਕੋਸ਼ਿਸ਼ ਜਾਰੀ ਰਹੇਗੀ